किड बाइकर क्लब की तरफ से करवाई जा रही सचदेवा स्टार्क्स होशियारपुर साइक्लोथन 2024 सीनियर के लिए सभी तैयारियां पूरी कर ली गई हैं, जो कि 7 अप्रैल को विश्व स्वास्थ्य दिवस पर आयोजित की जा रही हैं। इस संबंध में जानकारी देते हुए क्लब के प्रधान परमजीत सिंह सचदेवा ने बताया कि इस साइक्लोनोथान देश भर से 300 से ज्यादा साइकिलिस्ट हिस्सा लेंगे, जिनमें गिनीज बुक ऑफ वर्ल्ड में नाम दर्ज करवा चुके साइकिलिस्ट डॉक्टर अमित समर्थक, आदिल तेली समेत पवन ढींगरा और रवि वदेशा शामिल रहेंगे। उन्होंने कहा कि डीसी कोमल मित्तल और एसएसपी सुरेंद्र लामा ने क्लब के सदस्यों को आश्वासन दिया कि सचदेवा स्टार्क्स होशियारपुर साइक्लोथान की सफलता के लिए पुलिस प्रशासन द्वारा पूरा सहयोग दिया जाएगा। इसके साथ ही क्लब द्वारा तकनीकी सहायता भी प्रदान की जाएगी। वहीं परमजीत सिंह सचदेवा ने बताया कि इस साइक्लोथान का थीम पंजाब एगेंस्ट ड्रग और मैं कोच करूंगा रखा गया है। सारे ਪੱਤਰਕਾਰਾਂ ਦਾ ਬਹੁਤ ਬਹੁਤ ਵੈਲਕਮ ਹੈ। ਅੱਜ ਜਿਹੜੀ ਫਿੱਟ ਬਾਈਕਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਗਈ, ਜਿਹਦੇ ਨਾਲ ਮੇਰੇ ਨਾਲ ਟੀਮ 'ਚ ਮੁਨੀਰ ਨਾਜ਼ਰ ਜੀ, ਉੱਤਮ ਸਿੰਘ, ਬਸੀ ਸਾਹਿਬ, ਸੌਰਵ ਸ਼ਰਮਾ ਜੀ, ਦੌਲਤ ਸਿੰਘ ਜੀ, ਓਂਕਾਰ ਸਿੰਘ ਜੀ ਸਾਰੇ ਆਏ, ਨਾਲ ਗੁਰਮੇਲ ਸਿੰਘ। ਇਹ ਜਿਸ ਤਰ੍ਹਾਂ ਪਤਾ ਵੀ ਫਿੱਟ ਬਾਈਕਰ ਕਲੱਬ ਟਾਈਮ ਟੂ ਟਾਈਮ ਕੋਈ ਨਾ ਕੋਈ ਐਕਟੀਵਿਟੀਜ਼ ਕਰਦੀ ਰਹਿੰਦੀ ਹੈ, ਔਰ ਇਸ ਵਾਰੀ ਅਸੀਂ ਜਿਹੜਾ ਜਿਸ ਕਰਕੇ ਅੱਜ ਤੁਹਾਨੂੰ ਬੁਲਾਇਆ ਉਹ ਜਿਸ ਤਰ੍ਹਾਂ ਜਿਹੜੀ ਸਾਈਕਲੋਥੋਨ ਜਿਹੜੀ ਸਚਦੇਵਾ ਸਟੋਕ ਹੁਸ਼ਿਆਰਪੁਰ ਸਾਈਕਲੋਥੋਨ ਸੀਨੀਅਰ 2024, ਉਹ ਜਿਹੜਾ ਈਵੈਂਟ ਅਸੀਂ 7 ਤਰੀਕ ਨੂੰ ਐਤਵਾਰ ਨੂੰ ਸਵੇਰੇ 7 ਵਜੇ ਇੱਥੋਂ ਜਿਹੜਾ ਸ਼ੁਰੂ ਕਰਨਾ, ਔਰ ਉਹਦੀਆਂ ਤਿਆਰੀਆਂ ਜਿਹੜੀਆਂ ਆਲਮੋਸਟ ਸਾਰੀਆਂ ਸਾਡੀਆਂ ਮੁਕੰਮਲ ਹੋ ਗਈਆਂ, ਔਰ ਇਹਦੇ ਵਿੱਚ ਸਾਨੂੰ ਪ੍ਰਸ਼ਾਸਨ ਨੇ ਵੀ ਕਾਫੀ ਸਹਿਯੋਗ ਦਿੱਤਾ, ਕਿਉਂਕਿ ਰਸਤੇ 'ਚ ਦੋ ਚਾਰ ਜਗ੍ਹਾ ਸੜਕਾਂ ਦੀ ਰਿਪੇਅਰ ਦਾ, ਅਤੇ ਟ੍ਰੈਫਿਕ ਮੈਨੇਜਮੈਂਟ ਵਾਸਤੇ SSP ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ, ਅਤੇ DC ਮੈਡਮ ਦਾ ਵੀ, ਉਹਨਾਂ ਨੇ ਵੀ ਸਾਨੂੰ ਭਰੋਸਾ ਦਵਾਇਆ। ਔਰ ਮੇਨ ਥੀਮ ਜਿਹੜਾ ਇਸ ਈਵੈਂਟ ਦਾ ਹੈਗਾ ਉਹ 'ਚ ਅਸੀਂ 2 ਥੀਮ ਰੱਖੇ ਲਏ ਆ, ਕਿਉਂਕਿ ਅੱਜ ਕੱਲ੍ਹ ਇਲੈਕਸ਼ਨ ਦਾ ਮਾਹੌਲ ਹੈ, ਅਤੇ ਇਲੈਕਸ਼ਨ ਦੇ ਵਿੱਚ ਅਸੀਂ ਇਹਦਾ ਆਈ ਵਿਲ ਵੋਟ ਵੀ ਲੋਕਾਂ ਨੂੰ ਪ੍ਰੇਰਿਤ ਕਰਨ ਵਾਸਤੇ ਵੀ ਵੱਧ ਤੋਂ ਵੱਧ ਆਪਣੀ ਜਿਹੜੀ ਆ ਵੋਟ ਦਾ ਅਧਿਕਾਰ ਉਹਦਾ ਇਸਤੇਮਾਲ ਕਰੋ। ਔਰ ਦੂਸਰਾ ਜਿਹੜਾ ਅਸੀਂ ਇਹਦਾ ਥੀਮ ਰੱਖਿਆ ਹੈ ਡਰੱਗਸ ਫਰੀ ਪੰਜਾਬ, ਇਹ 2 ਥੀਮ ਨੂੰ ਲੈ ਕੇ ਇਹ ਜਿਹੜੀ ਆ ਈਵੈਂਟ ਹੈ ਉਹਨੂੰ ਡੈਡੀਕੇਟ ਕੀਤਾ ਜਾ ਰਿਹਾ। ਔਰ ਇਹਦਾ ਜਿਹੜਾ ਫਲੈਗ ਆਫ ਹੈ ਉਹ ਮਾਣਯੋਗ SSP ਸਾਹਿਬ ਅਤੇ ਮੈਡਮ DC ਮਿਸਿਸ ਕੋਮਲ ਮਿੱਤਲ ਇਹਨਾਂ ਵੱਲੋਂ ਜਿਹੜਾ ਉਹ ਕੀਤਾ ਜਾਣਾ। ਔਰ ਇਹ ਜਿਹੜੀ ਸਾਨੂੰ ਈਵੈਂਟ ਨੂੰ ਔਰਗਨਾਈਜ਼ ਕਰਨ ਦੇ ਵਿੱਚ ਸੈਂਚਰੀ ਪਲਾਈਵੁੱਡ ਵੱਲੋਂ ਜਿਹੜਾ ਪੂਰਨ ਸਹਿਯੋਗ ਜਿਹੜਾ ਸਾਨੂੰ ਦਿੱਤਾ ਜਾ ਰਿਹਾ। ਔਰ ਮੈਂ ਦੱਸਣਾ ਚਾਹੁੰਦਾ ਵੀ ਇਹ ਈਵੈਂਟ ਐਸਾ ਹੈ ਜਿਸ 'ਚ ਸਾਰੇ ਤਕਰੀਬਨ ਪ੍ਰੋਫੈਸ਼ਨਲ ਰਾਈਡਰ ਹੈ, 100 ਕਿਲੋਮੀਟਰ ਅਤੇ 200 ਕਿਲੋਮੀਟਰ ਦਾ ਈਵੈਂਟ ਜਿਹੜਾ ਇਸ ਹੋਣ ਜਾ ਰਿਹਾ। 100 ਕਿਲੋਮੀਟਰ ਵਾਲੇ ਜਿਹੜੇ ਹੈਗੇ ਆ ਇੱਥੋਂ ਫਲੈਗ ਆਫ ਇੱਥੋਂ ਸਚਦੇਵਾ ਸਟੋਕਸ ਦੇ ਹੈੱਡ ਆਫਿਸ ਹੋਣੀ ਹੈ, ਇੱਥੋਂ ਜਿਹੜੇ 100 ਕਿਲੋਮੀਟਰ ਵਾਲੇ ਹੈਗੇ ਆ ਗੜਸ਼ੰਕਰ ਤੋਂ ਅੱਗੇ ਸਮੁੰਦਰਾ ਹੈ, ਸਮੁੰਦਰਾ ਤੋਂ ਯੂ ਟਰਨ ਲੈ ਕੇ ਵਾਪਸ ਇੱਥੇ ਹੀ ਆ ਕੇ ਸਮਾਪਤੀ ਕਰਨਗੇ। ਔਰ ਜਿਹੜੇ 200 ਕਿਲੋਮੀਟਰ ਵਾਲੇ ਆ ਉਹਨਾਂ ਦਾ ਵੀ ਫਲੈਗ ਆਫ ਇੱਥੇ ਹੀ ਹੋਣਾ, ਪਹਿਲਾਂ 200 ਕਿਲੋਮੀਟਰ ਵਾਲੇ ਦਾ ਉਹ ਜਾਣਗੇ ਜਿਹੜੀ ਖਰੜ ਦੀ ਹਵੇਲੀ ਹੈ ਉੱਥੋਂ ਯੂ ਟਰਨ ਲੈ ਕੇ ਵਾਪਸ ਇੱਥੇ ਤੱਕ ਆ ਕੇ ਆਪਣਾ 200 ਕਿਲੋਮੀਟਰ ਪੂਰਾ ਕਰਨਗੇ। ਔਰ ਮੈਨੂੰ ਬੜਿਆਂ ਦੱਸਦਾ ਖੁਸ਼ੀ ਆ ਵੀ ਇਹਦੇ ਵਿੱਚ 18 ਸਾਲ ਤੋਂ ਲੈ ਕੇ 80 ਸਾਲ ਤੱਕ ਦੇ ਬਜ਼ੁਰਗ ਵੀ ਜਿਹੜੇ ਆ ਉਹ ਇਸ ਈਵੈਂਟ 'ਚ ਪਾਰਟੀਸਪੇਟ ਕਰਨ ਜਾ ਰਹੇ ਆ, ਔਰ ਇਹਦੇ ਵਿੱਚ 300 ਤੋਂ ਉੱਪਰ ਜਿਹੜੇ ਰਾਈਡਰਸ ਜਿਹੜੇ ਆ ਔਰ ਪੂਰੇ ਇੰਡੀਆ ਤੋਂ ਅਲੱਗ ਅਲੱਗ 10 ਸਟੇਟਸ ਔਰ ਯੂਨੀਅਨ ਟੈਰੀਟਰੀਜ਼ ਤੋਂ ਆ ਰਹੇ ਆ, ਔਰ ਇਹਨਾਂ ਦੇ ਵਿੱਚ ਸਾਡੇ ਕੋਲ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਹੋਲਡਰ ਜਿਹੜੇ ਆ 2 ਰਾਈਡਰ ਉਹ ਵੀ ਪਹੁੰਚ ਰਹੇ ਆ, ਔਰ ਮੈਂ ਉਹਨਾਂ ਦੇ ਬਾਰੇ ਵੀ ਥੋੜ੍ਹੀ ਡਿਟੇਲ ਦੱਸਦਾ ਤੁਹਾਨੂੰ। ਮਿਸਟਰ ਆਦਿ ਅਮਿਤ ਡਾਕਟਰ ਅਮਿਤ ਸਮਰਥ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਹੋਲਡਰ ਨੇ, ਔਰ 4 ਟਾਈਮ ਆਇਰਨ ਮੈਨ ਫੁੱਲ
ਉਹ ਬੜੇ ਲੰਬੇ ਚੌੜੇ ਉਹਨਾਂ ਦੇ ਹੈਗੇ, ਰੇਸ ਅਕਰੋਸ ਅਮੈਰੀਕਾ ਅਤੇ ਰੇਸ ਅਕਰੋਸ ਇੰਡੀਆ, ਰੇਸ ਅਕਰੋਸ ਜਿਹੜੀ ਸੋਲੋ ਕੀਤੀ ਇਹਨਾਂ ਨੇ ਅਮੈਰੀਕਾ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੋਂ, ਫਿਰ ਇੱਕ ਟਰਾਂਸ ਸਾਈਬੇਰੀਅਨ ਜਿਹੜੀ ਦੁਨੀਆ ਦੀ ਸਭ ਤੋਂ ਲੰਬੀ ਜਿਹੜੀ ਰੇਸ ਹੈ ਰਸ਼ੀਆ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ, ਉਹ ਵੀ ਜਿਹੜੀ ਇਹਨਾਂ ਨੇ ਕੰਪਲੀਟ ਕੀਤੀ ਹੈ। ਔਰ ਇਹਨਾਂ ਦੇ ਨਾਲ ਹੋਰ ਸਾਡੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਹੋਲਡਰ ਨੇ ਮਿਸਟਰ ਆਦਿਲ ਤੇਲੀ, ਜਿਹੜੇ ਸ਼੍ਰੀਨਗਰ ਤੋਂ ਆ ਰਹੇ ਨੇ, ਇਹ ਨਾਗਪੁਰ ਤੋਂ ਆ ਰਹੇ ਨੇ ਡਾਕਟਰ ਅਮਿਤ ਸਮਰਥ, ਔਰ ਮਿਸਟਰ ਆਦਿਲ ਤੇਲੀ ਇਹ ਸ਼੍ਰੀਨਗਰ ਤੋਂ ਆ ਰਹੇ ਹੈ, ਇਹ ਵੀ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਹੋਲਡਰ ਨੇ। ਇਸ ਤੋਂ ਇਹਦੇ ਵਿੱਚ 390 ਤੋਂ ਵੱਧ ਜਿਹੜੇ ਰਾਈਡਰ, 300 ਤੋਂ ਉੱਪਰ ਰਾਈਡਰ ਜਿਹੜੇ ਆਲ ਓਵਰ ਇੰਡੀਆ 'ਚ 10 ਸਟੇਟਸ ਔਰ ਯੂਨੀਅਨ ਟੈਰੀਟਰੀ ਤੋਂ ਇਹ 'ਚ ਸ਼ਾਮਿਲ ਹੋਣ ਜਾ ਰਹੇ ਆ, ਔਰ ਇਹਦੇ 'ਚ ਦੂਰੋਂ ਦੂਰੋਂ ਬੈਂਗਲੋਰ ਤੋਂ, ਨਾਗਪੁਰ ਤੋਂ, ਅਮਰਾਵਤੀ, ਮਹਾਰਾਸ਼ਟਰ ਤੋਂ ਅਲੱਗ ਅਲੱਗ ਸ਼ਹਿਰਾਂ ਤੋਂ ਜਿਹੜੇ ਲੋਕ ਇੱਥੇ ਪਹੁੰਚ ਰਹੇ ਆ, ਔਰ ਬਹੁਤ ਸਾਰੇ ਰਾਈਡਰ ਐਸੇ ਜਿਹਨਾਂ ਦਾ ਇੰਟਰਨੈਸ਼ਨਲੀ ਫੇਮ ਹੈ, ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਹੋਲਡਰ ਨੇ, ਉਹ ਵੀ ਵਿੱਚ ਸ਼ਾਮਿਲ ਹੋਣ ਜਾ ਰਹੇ ਆ। ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਡਾਕਟਰ ਅਮਿਤ ਸਮਰਥ, ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ 4-time ਫੁੱਲ ਆਇਰਨ ਮੈਨ, ਔਰ ਰੇਸ ਅਕਰੋਸ ਅਮੈਰੀਕਾ, ਰੇਸ ਅਕਰੋਸ ਇੰਡੀਆ, ਰੇਸ ਅਕਰੋਸ ਸਾਈਬੇਰੀਅਨ, ਦੁਨੀਆ ਦੀ ਸਭ ਤੋਂ ਲੰਬੀ ਰੇਸ ਜਿਹੜੀ ਹੈਗੀ ਹੈ ਉਹ ਵੀ ਉਹਨਾਂ ਨੇ ਕੰਪਲੀਟ ਕੀਤੀ ਹੈ। ਇਸ ਤੋਂ ਇਲਾਵਾ ਸ਼੍ਰੀਨਗਰ ਤੋਂ ਮਿਸਟਰ ਆਦਿਲ ਤੇਲੀ ਉਹ ਆ ਰਹੇ, ਉਹ ਵੀ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਹੋਲਡਰ ਨੇ, ਉਹ ਵੀ ਇਹ 'ਚ ਸ਼ਾਮਿਲ ਹੋਣ ਆ ਰਹੇ ਆ। ਔਰ ਇਸ ਤੋਂ ਇਲਾਵਾ ਰਾਵੀ ਬਦੀਸ਼ਾ ਜਿਹੜੀ ਪਹਿਲਾਂ ਵੀ ਹੁਸ਼ਿਆਰਪੁਰ ਆ ਚੁੱਕੀ ਆ, ਔਰ ਉਹਨੇ 8 ਸਾਲ ਦੀ ਉਮਰ ਦੇ ਵਿੱਚ ਕਸ਼ਮੀਰ ਟੂ ਕੰਨਿਆ ਕੁਮਾਰੀ ਸਾਈਕਲ ਦੇ ਉੱਤੇ ਜਿਹੜਾ ਉਹਨੇ ਕੰਪਲੀਟ ਕੀਤਾ ਸੀ। ਔਰ ਇਹ ਤੋਂ ਇਲਾਵਾ ਮਿਸਟਰ ਪਵਨ ਢੀਂਗਰਾ, ਡਾਕਟਰ ਪਵਨ ਢੀਂਗਰਾ ਲੁਧਿਆਣਾ ਤੋਂ ਨੇ, ਉਹ ਵੀ ਜਿਹੜਾ ਮਤਲਬ 36 ਵਾਰੀ ਜਿਹੜਾ ਉਹਨਾਂ ਦਾ ਏਸ਼ੀਆ ਦਾ ਰਿਕਾਰਡ ਹੈ ਸੁਪਰ ਐਂਡੇਨਿਓਰ ਦਾ, ਸੁਪਰ ਐਂਡੇਨਿਓਰ ਦਾ ਜਿਹੜਾ ਟਾਈਟਲ ਮਿਲਦਾ, ਜਿਹਨਾਂ ਨੇ 200, 300, 400 ਅਤੇ 600 ਕਿਲੋਮੀਟਰ ਜਿਹਨੇ ਇੱਕੋ ਸਾਲ 'ਚ ਕੀਤੀ ਹੋਏ, ਉਹਨੇ 36 ਵਾਰੀ ਇਹ ਸਾਰਾ ਈਵੈਂਟ ਟਾਈਟਲ ਹਾਸਲ ਕੀਤਾ, ਉਹ ਵੀ ਸਾਡੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ। ਇਹ ਸਾਰੇ ਟੀਮਾਂ ਜਿਹੜੀਆਂ ਕੱਲ੍ਹ ਰਾਤ ਤੱਕ ਆ ਜਾਣਗੀਆਂ, ਉਹਨਾਂ ਦਾ ਸਾਰਿਆਂ ਦਾ ਰਹਿਣ ਦਾ, ਖਾਣ ਪੀਣ ਦਾ, ਰਿਫਰੈਸ਼ਮੈਂਟ ਦਾ, ਡਿਨਰ, ਬ੍ਰੇਕਫਾਸਟ, ਲੰਚ ਅਤੇ ਡਿਊਰਿੰਗ ਰਾਈਡ ਵੀ ਰਿਫਰੈਸ਼ਮੈਂਟ ਦਾ ਸਾਰਾ ਪ੍ਰਬੰਧ ਜਿਹੜਾ ਫਿੱਟ ਬਾਈਕਰ ਕਲੱਬ ਵੱਲੋਂ ਕੀਤਾ ਜਾ ਰਿਹਾ। ਔਰ ਇਹਦੇ 'ਚ ਸਾਨੂੰ ਗੜਸ਼ੰਕਰ ਤੋਂ ਪੈਡਲ ਔਰ ਜਿਹੜਾ ਗਰੁੱਪ ਹੈਗਾ ਉਹ ਵੀ ਸਾਈਕਲਿੰਗ ਗਰੁੱਪ ਹੈ, ਉਹ ਸਾਨੂੰ ਗੜਸ਼ੰਕਰ ਤੋਂ ਉਹ ਸਪੋਰਟ ਕਰ ਰਹੇ ਆ। ਔਰ ਡਿਊਰਿੰਗ ਰਸਤੇ 'ਚ ਵੀ ਜਿਹੜੀ ਰਿਫਰੈਸ਼ਮੈਂਟ ਹੈ ਉਹ ਵੀ ਸਾਰਾ ਹਰ ਇੱਕ ਨੂੰ ਉਹਦਾ ਪ੍ਰਬੰਧ ਕੀਤਾ ਗਿਆ। ਈਵਨ ਟੈਕਨੀਕਲ ਸਪੋਰਟ ਜਿਹੜੀ ਹੈ, ਕਿਸੇ ਦਾ ਸਾਈਕਲ ਪੈਂਚਰ ਹੋ ਗਿਆ, ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ, ਉਹਦੀ ਵੀ ਸਪੋਰਟ ਜਿਹੜੀ ਸਾਡੀ ਟੀਮ ਵੱਲੋਂ ਦਿੱਤੀ ਜਾ ਰਹੀ ਹੈ। ਔਰ ਮੈਡੀਕਲ ਹੈਲਪ ਵਾਸਤੇ ਜਿਹੜਾ ਸਿਵਲ ਸਰਜਨ ਵੱਲੋਂ ਇੱਕ ਐਂਬੂਲੈਂਸ ਔਰ ਮੈਡੀਕਲ ਟੀਮਾਂ ਵੀ ਜਿਹੜੀਆਂ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਾਨੂੰ। ਕਲਕਾ ਹਰ ਇੱਕ ਜਿਹੜਾ ਰਾਈਡਰ ਹੈ ਉਹਨੂੰ ਅਸੀਂ ਇੱਕ ਫ੍ਰੀ ਟੀ ਸ਼ਰਟ, ਫ੍ਰੀ ਮੈਡਲ ਔਰ ਸਰਟੀਫਿਕੇਟ ਜਿਹੜਾ ਦੇਵਾਂਗੇ, ਕਿਸੇ ਕੋਲੋਂ ਕੋਈ ਪੈਸਾ ਚਾਰਜ ਨਹੀਂ ਕੀਤਾ ਜਾ ਰਿਹਾ। ਇੰਡੀਆ 'ਚ ਬਹੁਤ ਸਾਰੇ ਸਾਈਕਲਿੰਗ ਦੇ ਈਵੈਂਟ ਹੁੰਦੇ ਆ, ਉਹਦੇ 'ਚ ਤਾਂ ਈਵਨ ਤੁਸੀਂ ਸੋਫਟ ਕਾਪੀ ਈ ਸਰਟੀਫਿਕੇਟ ਵੀ ਲੈਣਾ ਹੋਵੇ ਨਾ, ਉਹਦੇ ਵੀ ਪੈਸੇ ਲੈਂਦੇ ਆ। ਔਰ ਕਿਸੇ ਵੀ ਈਵੈਂਟ ਤੁਸੀਂ ਪਾਰਟੀਸਪੇਟ ਕਰਨ ਜਾਂਦੇ ਆ, ਉੱਥੇ ਤੁਹਾਨੂੰ ਫੀਸ ਦੇਣੀ ਪੈਂਦੀ, ਆਪਣੇ ਖਰਚੇ 'ਤੇ ਜਾਣਾ, ਰਜਿਸਟ੍ਰੇਸ਼ਨ ਫੀਸ ਵੀ ਦੇਣੀ ਪੈਂਦੀ ਹੈ, ਔਰ ਉੱਥੋਂ ਜਿਹੜੀ ਵੀ ਚੀਜ਼ ਲੈਣੀ ਤਾਂ ਉਹਦਾ ਤੁਹਾਨੂੰ ਵੱਖਰਾ ਪੇ ਕਰਨਾ ਪੈਂਦਾ। ਸਾਡਾ ਹੁਸ਼ਿਆਰਪੁਰ ਦਾ ਜਿਹੜਾ ਇਹ ਈਵੈਂਟ ਫਿੱਟ ਬਾਈਕਰ ਕਲੱਬ ਵੱਲੋਂ ਕਰਵਾਇਆ ਜਾ ਰਿਹਾ, ਪੂਰੇ ਇੰਡੀਆ 'ਚ ਇੱਕੋ ਇੱਕ ਐਸਾ ਈਵੈਂਟ ਹੈ ਜਿਹਦੇ ਵਿੱਚ ਰਾਈਡਰ, ਕਿਸੇ ਰਾਈਡਰ ਕੋਈ ਪੈਸਾ ਨਹੀਂ ਲਿਆ ਜਾਂਦਾ। ਅਸੀਂ ਸਿਰਫ ਡਿਪੋਜ਼ਿਟ ਦਾ 500 ਰੁਪਈਆ ਜ਼ਰੂਰ ਲੈਂਦੇ ਹਾਂ, ਕਿਉਂਕਿ ਅਸੀਂ ਟੀ ਸ਼ਰਟ ਜਿਹੜੀ ਆ ਕਾਫੀ ਕੋਸਟਲੀ ਆਉਂਦੀ ਆ, ਸਾਡਾ ਤਕਰੀਬਨ 2000 ਤੋਂ ਉੱਪਰ ਪਰ ਹੈੱਡ ਖਰਚਾ ਜਿਹੜਾ ਉਹ ਰਾਈਡਰ 'ਤੇ ਆਉਂਦਾ, ਅਤੇ ਅਸੀਂ ਅਰੇਂਜਮੈਂਟ ਕਰ ਲਈ ਹੈ। ਲਾਸਟ ਈਅਰ ਦੇ ਐਕਸਪੀਰੀਅੰਸ ਤੋਂ ਵੀ ਅਸੀਂ ਇਸ ਤਰ੍ਹਾਂ ਰੱਖਿਆ ਸੀ ਵੀ ਕੋਈ ਪੈਸਾ ਨਹੀਂ ਲਿਆ, ਲੇਕਿਨ ਅਸੀਂ ਜਿੰਨਾ ਅਰੇਂਜਮੈਂਟ ਕੀਤਾ ਰਾਈਡਰ ਲਾਸਟ ਮੂਮੈਂਟ ਜਦੋਂ ਪੈਸਾ ਕੋਈ ਨਹੀਂ ਲੱਗਿਆ ਆਪਣੀ ਛੁੱਟੀ ਕਰ ਲਈ, ਅਤੇ ਸਾਡਾ ਕਾਫੀ ਸਾਰਾ ਨੁਕਸਾਨ ਹੋਇਆ ਉਹਦੇ ਨਾਲ। ਇਸ ਵਾਰੀ ਅਸੀਂ ਕੀ ਕੀਤਾ ਵੀ 500 ਰੁਪਈਆ ਰਿਫੰਡੇਬਲ ਡਿਪੋਜ਼ਿਟ ਹਰ ਇੱਕ ਰਾਈਡਰ ਕੋਲ ਲਿਆ, ਜਿਹੜਾ ਜਿਹੜਾ ਵੀ ਆਏਗਾ ਉਹਨੂੰ ਸਾਰਾ ਸਮਾਨ ਦੇਵਾਂਗੇ, ਬਾਅਦ 'ਚੋਂ 500 ਰੁਪਈਆ ਉਹਦਾ ਰਿਫੰਡ ਕਰਤਾ ਜਾਊਗਾ।